ਕਾਬੁਲ ਵਿੱਚ ਗੁਰਦੁਆਰਾ ਸਾਹਿਬ ਉੱਪਰ ਹੋਏ ਹਮਲੇ ਦੀ ਭਾਰਤ ਦੇ ਵੱਡੇ ਮੁਸਲਿਮ ਆਗੂਆਂ ਨੇ ਸਖਤ ਲੈਜੇ ਚ ਮਜਮਤ ਕੀਤੀ ਹੈ ਇਸ ਜਾਲਮਾਨਾ ਕਾਰਵਾਈ ਬਾਰੇ ਮੁਸਲਿਮ ਧਾਰਮਿਕ ਆਗੂਆਂ ਬਿਊਰੋਕਰੇਟ ਸਮੇਤ ਸਭ ਨੇ ਸਾਂਝੇ ਬਿਆਨ ਵਿੱਚ ਇਸ ਹਮਲੇ ਦੀ ਸਖਤ ਲੈਜੇ ਨਿੰਦਾ ਕਰਦਿਆਂ ਅਫਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਆਪਣੀ ਹਮਦਰਦੀ ਪ੍ਰਗਟਾਈ ਹੈ ਦਿੱਲੀ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਫਰੁਲ ਇਸਲਾਮ ਖਾਨ ਕੌਮੀ ਕਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਤਾਹਿਦ ਮਹਿਬੂਦ ਜਮਾਤ-ਏ-ਇਸਲਾਮੀ ਹਿੰਦ ਦੇ ਮੁਖੀ ਸਦਤਉਲਾਹ ਹੁਸੈਨੀ ਅਤੇ ਜਮਾਤ-ਏ-ਉ ਮਦਨੀ ਨੇ ਸਾਂਝੇ ਬਿਆਨ ਚ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਉੱਪਰ ਹਮਲਾ ਅਤੇ 25 ਸਿੱਖਾਂ ਦਾ ਕਤਲ ਨਾਕਾਬਲੇ برداشت ਹੈ ਪੂਰੇ ਸਿੱਖ ਭਾਈਚਾਰੇ ਨੂੰ ਮੁਖਾਤਬ ਹੁੰਦੇ ਆ ਖਾਸ ਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਨਰਲ ਗਿਆਨੀ ਹਰਪੀ ਸਿੰਘ ਹੋਰਾਂ ਦੇ ਨਾਮ ਇਸ ਘਟ ਵਿੱਚ ਕਿਹਾ ਹੈ ਕਿ ਅਸੀਂ ਇਸ ਕਾਤਲਨਾ ਹਮਲੇ ਦੀ ਸਖਤ ਲੈਜਿਤ ਨਿੰਦਾ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਦੇ ਨਾਲ ਖੜੇ ਹਾਂ ਉਹਨਾਂ ਕਾਤਲਾਂ ਦਾ ਇਸਲਾਮ ਨਾਲ ਕੋਈ ਵਾਸਤਾ ਨਹੀਂ ਹੈ ਉਹ ਮਨੁੱਖਤਾ ਦੇ ਦੁਸ਼ਮਣ ਹਨ ਇਸ ਤਰ੍ਹਾਂ ਦੀਆਂ دہشتਗਰਦੀ ਤਨਜ਼ੀਮਾਂ ਦੀ ਇਹ ਕਾਰਵਾਈ ਕਾਇਰਾਨਾ ਅਤੇ ਇੱਕ ਝਾਲਮਾਨਾ ਹੈ ਉਹ ਅਜੇਹਾ ਕੁਝ ਕਰਕੇ ਇਸਲਾਮ ਦੇ ਉਲਟ ਚੱਲ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਸੀ ਕਿ ਉਹ ਖੁਦ ਅੰਮ੍ਰਿਤਸਰ ਪਹੁੰਚ ਉੱਤੇ ਖੁਦ ਮੌਜੂਦ ਰਹਿੰਦਿਆਂ ਇਸ ਜਾਲਬਾਰਾਂ ਕਾਰਵਾਈ ਦੀ ਨਿੰਦਾ ਕਰਦੇ ਪਰ ਇਸ ਵੇਲੇ ਮੁਲਕ ਵਿੱਚ ਲੋਕਡਾਊਨ ਦੀ ਵਜ੍ਹਾ ਨਾਲ ਉਹ ਅਜੇ ਹਨ ਨਹੀਂ ਕਰ ਸਕੇ ਪਰ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਪਣੇ ਸਿੱਖ ਪੈਨਪਰਾਵਾਂ ਦੇ ਨਾਲ ਖੜੇ ਹਾਂ ਜਿਗਰੇ ਖਾਸ ਹੈ ਕਿ ਲੰਗੀ 25 ਮਾਰਚ ਨੂੰ ਕਾਬਲ ਦੇ ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਵਿੱਚ ਦਹਿਸ਼ਤਗਰਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਹਮਲੇ ਵਿੱਚ 25 ਸਿੱਖ ਮਾਰੇ ਗਏ ਸਨ ਅਤੇ ਇਸ ਹਮਲੇ ਦੇ ਚਤਰਫਾ ਨਿੰਦਾ ਹੋ ਰਹੀ ਹੈ ਨਾਲ ਬੱਚੇ ਸਿੱਕੰਡੀ ਸੁਰਾ ਕਰਨ ਲੈ ਕੇ ਵੀ ਸਵਾਲ ਉੱਠੇ ਹਨ ਤੇ ਗਲੋਬਲ ਐਡਵਾਈਸ ওভারਸੀਡ এডਿਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ